ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਮੈਂ ਚਰਨਜੀਤ ਸਿੰਘ। ਤੁਸੀਂ ਦੇਖ ਰਹੇ ਹੋ ਐਗਰੀ ਐਡਵਾਈਜ਼ ਖੇਤੀ ਬਾਰੇ ਸਲਾਹ। ਇਸ ਵੀਡੀਓ 'ਚ ਆਪਾਂ ਝੋਨੇ ਦੇ ਝਾੜ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ ਬਾਰੇ ਜਾਣਾਂਗੇ ਕਿ ਝੋਨਾ ਵੱਢਣ ਤੋਂ ਬਾਅਦ ਫੋਕ ਬਹੁਤ ਜ਼ਿਆਦਾ ਬਣਦੀ ਹੈ, ਦਾਣੇ ਹੌਲੇ ਅਤੇ ਸਾਈਜ਼ ਛੋਟਾ ਹੁੰਦਾ, ਜਾਂ ਆਪਾਂ ਨੂੰ ਕੁਆਲਿਟੀ 'ਚ ਕਮੀ ਦਿਖਾਈ ਦਿੰਦੀ ਹੈ ਕਿ ਦਾਣੇ ਬੇਰੰਗ ਕਾਲੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਨੇ ਅਤੇ ਕਿਸਾਨਾਂ ਨੂੰ ਉਹਨਾਂ ਦਾ ਬਾਜ਼ਾਰ 'ਚ ਸਹੀ ਰੇਟ ਨਹੀਂ ਮਿਲਦਾ। ਇਹਨਾਂ ਸਾਰੀਆਂ ਹੀ ਸਮੱਸਿਆਵਾਂ ਦਾ ਕੀ ਹੱਲ ਹੈ, ਕਿੰਨਾਂ ਗਲਤੀਆਂ ਕਾਰਨ ਇਹ ਆਉਂਦੀਆਂ, ਅਤੇ ਕਿੰਨਾਂ ਕਿੰਨਾਂ ਗੱਲਾਂ ਦਾ ਆਪਾਂ ਹੁਣ ਝੋਨੇ 'ਚ ਗੋਭ ਸਮੇਂ ਧਿਆਨ ਰੱਖਣਾ, ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈੱਲ ਜ਼ਰੂਰ ਦਬਾਓ ਤਾਂ ਕਿ ਖੇਤੀ ਨਾਲ ਸੰਬੰਧਿਤ ਹੋਰ ਵੀ ਆਉਣ ਵਾਲੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚ ਸਕਣ। ਸੋ ਇਹ ਝੋਨਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹਨੇ ਹੁਣ ਗੋਭਾਂ ਬਾਹਰ ਕੱਢਣੀਆਂ ਸਟਾਰਟ ਕਰ ਦਿੱਤੀਆਂ ਨੇ, ਅਤੇ ਇਹ ਝੋਨੇ ਦੀ ਸਭ ਤੋਂ ਜ਼ਿਆਦਾ ਨਾਜ਼ੁਕ ਸਟੇਜ ਮੰਨੀ ਜਾਂਦੀ ਹੈ। ਇਹ ਬੂਰ ਪਿਆ ਜਿਹਨੂੰ ਆਪਾਂ ਪਰ ਪਰਾਗਣ ਕਿਰਿਆ ਕਹਿੰਦੇ ਹਾਂ, ਹੁਣ ਇਹਨਾਂ ਖਾਲੀ ਫਲੀਆਂ 'ਚ ਦੋਧਾ ਭਰਨਾ ਸਟਾਰਟ ਹੋਵੇਗਾ, ਅਤੇ ਐਂਡ 'ਚ ਇਹ ਪੱਕ ਕੇ ਆਪਣਾ ਫਲ ਜਿਹੜਾ ਉਹ ਤਿਆਰ ਹੋਵੇਗਾ। ਇਸ ਟਾਈਮ ਆਪਾਂ ਪਹਿਲੀ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇਅ ਕਰਨ ਲਈ ਝੋਨੇ ਦੇ ਵਿੱਚ ਨਹੀਂ ਵੜਨਾ। ਦਾਣੇ ਕਾਲੇ ਹੋਣ ਦਾ ਜਾਂ ਦੁੱਧਾ ਘੱਟ ਭਰਨ ਦਾ ਇਹੀ ਕਾਰਨ ਹੁੰਦਾ ਹੈ ਕਿ ਜਦ ਆਪਾਂ ਨਸਾਰੇ ਟਾਈਮ ਕੋਈ ਵੀ ਸਪਰੇਅ ਕਰਨ ਲਈ ਝੋਨੇ ਦੇ ਅੰਦਰ ਦਾਖਲ ਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਬੂਰ ਜਿਹੜਾ ਇਹ ਝੜ ਜਾਂਦਾ। ਜਦੋਂ ਆਪਾਂ ਟੰਕੀ ਲੈ ਕੇ ਚੱਲਦੇ ਹਾਂ ਤਾਂ ਉਦੋਂ ਕਈ ਬੂਟਿਆਂ ਨੂੰ ਪੈਰਾਂ ਨਾਲ ਧੱਕਾ ਵੱਜਦਾ, ਉਸ ਤੋਂ ਬਾਅਦ ਸਪਰੇਅ ਦਾ ਪਾਣੀ ਕਾਫੀ ਪ੍ਰੈਸ਼ਰ ਨਾਲ ਮੁੰਜਰਾਂ ਨੂੰ ਵੱਜਦਾ, ਜਿਹਦੇ ਕਾਰਨ ਝੋਨੇ ਦੇ ਇੱਕ ਵੱਡੇ ਹਿੱਸੇ 20 ਤੋਂ 25% ਭਾਗ ਨੂੰ ਇੱਕ ਸਪਰੇਅ ਕਰਨ ਦੇ ਨਾਲ ਨੁਕਸਾਨ ਹੁੰਦਾ, ਦਾਣੇ ਕਾਲੇ ਹੋ ਜਾਂਦੇ ਨੇ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਸਟੇਜ ਝੋਨੇ ਲਈ ਬਹੁਤ ਜ਼ਿਆਦਾ ਨਾਜ਼ੁਕ ਹੁੰਦੀ ਹੈ। ਜੇ ਇਸ ਟਾਈਮ ਤੇਜ਼ ਹਵਾ ਚੱਲਦੀ ਹੈ ਤਾਂ ਵੀ ਦਾਣੇ ਕਾਲੇ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ, ਪਰ ਹਵਾ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ। ਆਪਾਂ ਇਸ ਚੀਜ਼ 'ਤੇ ਧਿਆਨ ਦੇਣਾ ਹੈ ਕਿ ਕਿਸੇ ਵੀ ਸਥਿਤੀ 'ਚ ਕੋਈ ਸਪਰੇਅ ਕਰਨ ਲਈ ਝੋਨੇ 'ਚ ਦਾਖਲ ਨਹੀਂ ਹੋਣਾ। ਦੂਸਰੇ ਨੰਬਰ 'ਤੇ ਜਿਹੜੀ ਇੱਕ ਸਭ ਤੋਂ ਵੱਡੀ ਝੋਨਾ ਪੱਕਣ ਸਮੇਂ ਸਮੱਸਿਆ ਆਉਂਦੀ ਹੈ, ਉਹ ਹੈ ਫੋਕ ਯਾਨੀ ਕਿ ਮੁੰਜਰਾਂ ਦਾ ਖਾਲੀ ਰਹਿ ਜਾਣਾ। ਦਾਣਿਆਂ 'ਚ ਦੁੱਧਾ ਪ੍ਰੋਪਰ ਤਰੀਕੇ ਨਾਲ ਨਹੀਂ ਭਰਦਾ ਜਾਂ ਘੱਟ ਭਰਦਾ, ਬਾਕੀ ਫਲੀ ਖਾਲੀ ਰਹਿ ਜਾਂਦੀ ਹੈ, ਜਿਹਦੇ ਕਾਰਨ ਉਹ ਦਾਣੇ ਹੌਲੇ ਹੁੰਦੇ ਨੇ ਅਤੇ ਉਹਨਾਂ ਦਾ ਵਜ਼ਨ ਆਮ ਦਾਣਿਆਂ ਨਾਲੋਂ ਕਾਫੀ ਘੱਟ ਜਾਂਦਾ। ਸੋ ਹੁਣ ਫੋਕ ਬਣਨ ਦੇ ਵੈਸੇ ਤਾਂ ਬਹੁਤ ਸਾਰੇ ਛੋਟੇ ਛੋਟੇ ਕਾਰਨ ਨੇ, ਪਰ ਉਹਨਾਂ ਦੇ ਨਾਲ ਇੰਨੀ ਫੋਕ ਨਹੀਂ ਬਣਦੀ। ਜ਼ਿਆਦਾ ਫੋਕ ਬਣਨ ਦਾ ਇੱਕ ਜਿਹੜਾ ਮੇਨ ਕਾਰਨ ਹੈ ਉਹ ਹੈ ਗੋਭ ਸਮੇਂ ਪਾਣੀ ਦਾ ਸਹੀ ਪ੍ਰਬੰਧ ਨਾ ਕਰਨਾ। ਪਹਿਲੀਆਂ ਵੀਡੀਓ 'ਚ ਜਿਵੇਂ ਆਪਾਂ ਦੱਸਿਆ ਹੈ ਕਿ 20 ਤੋਂ 25 ਦਿਨ ਤੋਂ ਬਾਅਦ ਝੋਨੇ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ, ਜ਼ਮੀਨ ਨੂੰ ਇੱਕ ਵਾਰ ਹਵਾ ਲਵਾ ਕੇ ਦੂਸਰਾ ਪਾਣੀ ਲਾਉਣਾ ਚਾਹੀਦਾ। ਪਰ ਹੁਣ ਜਦੋਂ ਮੁੰਜਰਾਂ ਬਾਹਰ ਆ ਜਾਣ, ਦੁੱਧਾ ਭਰਨਾ ਸਟਾਰਟ ਹੋ ਜਾਵੇ, ਹੁਣ ਆਪਾਂ ਕਦੇ ਵੀ ਝੋਨੇ ਨੂੰ ਸੋਕਾ ਨਹੀਂ ਲਵਾਉਣਾ। ਦੁੱਧ ਦੇ ਟਾਈਮ ਝੋਨੇ ਨੂੰ ਫਿਰ ਤੋਂ ਪਾਣੀ ਦੀ ਖਾਸ ਲੋੜ ਹੁੰਦੀ ਹੈ, ਜੇ ਹੁਣ ਝੋਨੇ ਨੂੰ ਸੋਕਾ ਲੱਗ ਜਾਵੇ ਤਾਂ ਇੱਕ ਵੱਡਾ ਭਾਗ ਫੋਕ 'ਚ ਬਦਲ ਜਾਂਦਾ, ਦਾਣੇ ਨਹੀਂ ਭਰਦੇ। ਇਹਦੇ 'ਤੇ ਪਿਛਲੀ ਵਾਰ ਅਸੀਂ ਇੱਕ ਛੋਟਾ ਜਿਹਾ ਟ੍ਰਾਇਲ ਵੀ ਕੀਤਾ ਸੀ, ਤਕਰੀਬਨ 4 ਕੁ ਮਰਲੇ ਜਗ੍ਹਾ ਨੂੰ ਗੋਭ ਸਮੇਂ ਸੁਕਾ ਕੇ ਪਾਣੀ ਲਾਇਆ ਗਿਆ, ਜਿਹਦੇ ਕਾਰਨ ਉਸ ਜਗ੍ਹਾ 'ਚੋਂ ਤਕਰੀਬਨ 35 ਤੋਂ 40% ਫੋਕ ਨਿਕਲੀ ਸੀ। ਸੋ ਪਾਣੀ ਬਾਰੇ ਵੈਸੇ ਦੱਸਿਆ ਜਾਂਦਾ ਹੈ ਕਿ ਗੋਭ ਦੇ ਟਾਈਮ 4 ਤੋਂ 5 ਸੈਂਟੀਮੀਟਰ ਖੇਤ 'ਚ ਪਾਣੀ ਹੋਣਾ ਚਾਹੀਦਾ, ਪਰ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਜਾਂ ਜਿਹੜਾ ਝੋਨਾ ਬੈੱਡਾਂ ਦੇ ਟ੍ਰਾਂਸਪਲਾਂਟ ਕੀਤਾ ਗਿਆ ਉੱਥੇ ਪਾਣੀ ਖੜ੍ਹਾ ਰੱਖਣਾ ਸੰਭਵ ਨਹੀਂ ਹੈ। ਸੋ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਇਸ ਟਾਈਮ ਘੱਟੋ ਘੱਟ ਝੋਨੇ ਨੂੰ ਸੋਕਾ ਨਾ ਲੱਗੇ, ਇੱਕ ਪਾਣੀ ਜੀਰ ਜਾਣ ਤੋਂ ਬਾਅਦ ਅਗਲੇ ਦਿਨ ਲਾਜ਼ਮੀ ਪਾਣੀ ਲਾ ਦਈਏ। ਇਸ ਟਾਈਮ ਪਾਣੀ ਝੋਨੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਨਮੀ ਖਤਮ ਨਾ ਹੋਣ ਦਈਏ ਤਾਂ ਫੋਕ ਬਣਨ ਦੇ ਚਾਂਸ ਆਪਣੇ ਘੱਟ ਜਾਣਗੇ। ਇਹਨਾਂ ਦੋਵਾਂ ਗੱਲਾਂ ਦਾ ਜੇ ਆਪਾਂ ਧਿਆਨ ਰੱਖਦੇ ਹਾਂ ਤਾਂ ਕਦੇ ਵੀ ਦਾਣੇ ਕਾਲੇ ਨਹੀਂ ਹੋਣਗੇ ਅਤੇ ਫੋਕ ਦੀ ਸਮੱਸਿਆ ਨਹੀਂ ਆਵੇਗੀ। ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ ਹੋਰ ਨੇੜਲੇ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਵੀਡੀਓ ਪਹੁੰਚ ਸਕੇ। ਧੰਨਵਾਦ।